ਪਟਿਆਲਾ ਤੋਂ ਐਮ ਮੁੱਖ ਮੰਤਰੀ ਨਾਲ ਚੱਲ ਰਹੀ ਵਿਵਾਦ ਦਰਮਿਆਨ ਨਵਜੋਤ ਸਿੱਧੂ ਨੇ ਕੈਪਟਨ ਮਨਿੰਦਰ ਸਿੰਘ ਦੇ ਗੜ ਪਟਿਆਲਾ ਦੇ ਵਿੱਚ ਪਹਿਲਾ ਛੱਕਾ ਠੋਕ ਦਿੱਤਾ ਹੈ ਸਿੱਧੂ ਨੇ ਅੱਜ ਹਲਕਾ ਕਨੌਰ ਦੇ ਵਿਧਾਇਕ ਮਦਨ ਲਾਲ ਚਲਾਲਪੁਰ ਦੀ ਰਿਹਾਈਸ਼ ਤੇ ਸ਼ਕਤੀ ਪ੍ਰਦਰਸ਼ਨ ਕੀਤਾ ਜਿੱਥੇ ਸੈਂਕੜੇ ਵਰਕਰਾਂ ਨੇ ਉਹਨਾਂ ਦਾ ਪਰਮਾ ਸਵਾਗਤ ਕੀਤਾ ਉੱਥੇ ਉਹਨਾਂ ਕੈਬਨਿਟ ਮੰਤਰੀ ਰੰਦਾਵਾ ਸਮੇਤ ਅੱਧਾ ਦਰਜਨ ਵਿਧਾਇਕਾਂ ਨਾਲ ਡੇਢ ਘੰਟਾ ਲੰਮੀ ਮੀਟਿੰਗ ਕੀਤੀ ਜਿਸ ਦੀ ਸਾਰਾ ਦਿਨ ਜ਼ਿਲ੍ਹਾ ਪਟਿਆਲਾ ਦੇ ਵਿੱਚ ਵੱਡੀ ਚਰਚਾ ਰਹੀ ਹੈ ਇਸ ਦੌਰਾਨ ਖਾਸ ਇਰਿਆ ਕਿ ਸ਼ਨੀਵਾਰ ਨੂੰ ਜਿੱਥੇ ਨਵਜੋਤ ਸਿੰਘ ਸਿੱਧੂ ਦੀ ਰਿਹਾਈਸ਼ ਤੇ ਪਟਿਆਲਾ ਕਨੇਸੀ ਪੋਂਜਾ ਉੱਥੇ ਅਜੰਤਵਰ ਨੂੰ ਪਟਿਆਲਾ ਜ਼ਿਲ੍ਹੇ ਦੇ ਹੀ ਛਤਰਾਣਾ ਹਲਕੇ ਦੇ ਵਿੱਚ ਵਿਧਾਇਕ ਨਿਰਮਲ ਸਿੰਘ ਛਤਰਾਣਾ ਵੀ ਸਿੱਧੂ ਦੇ ਮੋੜੇ ਨਾਲ ਮੋੜਾ ਜੋੜ ਕੇ ਖੜੇ ਨਜ਼ਰ ਆਏ ਇਸ ਮੀਟਿੰਗ ਦੇ ਵਿੱਚ ਨਵਜੋਤ ਸਿੰਘ ਸਿੱਧੂ ਦੇ ਨਾਲ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਦਾਵਾ ਵਿਧਾਇਕ ਮਦਨ ਲਾਲ ਜਲਾਲਪੁਰ ਵਿਧਾਇਕ ਨਿਰਮਲ ਸਿੰਘ ਛਤਰਾਣਾ ਵਿਧਾਇਕ ਦਰਸ਼ਨ ਸਿੰਘ ਬਰਾੜ ਵਿਧਾਇਕ ਵਰਿੰਦਰ ਸਿੰਘ ਪਹਾੜਾ ਵਿਧਾਇਕ ਨਿਰਮਨ ਸਿੰਘ ਛਤਰਾਣਾ ਜੋਲੀ ਜਲਾਲਪੁਰ ਪਟਿਆਲਾ ਦਿਹਾਤੀ ਦੇ ਪ੍ਰਧਾਨ ਗੁਰਦੀਪ ਸਿੰਘ ਆਊਟਸਟੇਰ ਅਤੇ ਹੋਰ ਵੀ ਕਈ ਸੀਨੀਅਰ ਮੌਜੂਦ ਰਹੇ ਅਮਰਿੰਦਰ ਦੇ ਜ਼ਿਲ੍ਹੇ ਦੇ ਵਿਚ ਮੀਟਿੰਗ ਕਰਕੇ ਸਿੱਧੂ ਪੂਰੀ ਤਰ੍ਹਾਂ ਬਾਗੋਬਾਗ ਨਜ਼ਰ ਆਏ ਨੇ ਨਵਜੋਤ ਸਿੰਘ ਸਿੱਧੂ ਨੇ ਭਾਵੇਂ ਪਹਿਲਾਂ ਦੀ ਤਰ੍ਹਾਂ ਅੱਜ ਵੀ ਮੀਡੀਆ ਨਾਲ ਗੱਲ ਨਾ ਕੀਤੀ ਪਰ ਉਹਨਾਂ ਨੇ ਮੀਡੀਆ ਨੂੰ ਇਹ ਨਾ ਜ਼ਰੂਰ ਕਿਹਾ ਕਿ ਥੋੜੇ ਦਿਨ ਚੁੱਪ ਰਹਿਣ ਦਿਓ ਫਿਰ ਬੋਲਣ ਦੀ ਵਾਰੀ ਹੀ ਹੈ ਬਰੂ ਰਿਪੋਰਟ ਐਨਸੀ7 ਨਿਊਜ਼